12 फरवरी 2021 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਸਮੁੱਚੀ ਸੇਕਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 74ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸੀ ਤਾਂ ਸੰਤ ਜੀ ਦੇ ਮਨੁੱਖਤਾ ਤੇ ਕੌਮ ਦੇ ਪ੍ਰਤੀ ਕੀਤੇ ਗਏ ਮਹਾਨ ਉਦਮਾਂ ਨੂੰ ਯਾਦ ਕਰਦੇ ਹੋਏ ਕੌਮੀ ਨਿਸ਼ਾਨੇ ਉੱਤੇ ਦਿਲ ਰਹਿਣ ਲਈ ਅਸੀਂ ਹਾਜ਼ਰੀਨ ਹਜ਼ਾਰਾਂ ਦੇ ਇਕੱਠ ਤੋਂ ਇਹ ਪ੍ਰਵਾਨਗੀ ਲਈ ਸੀ ਕਿ ਕੌਮੀ ਆਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਿੱਥੇ ਜਾਰੀ ਰੱਖਾਂਗੇ ਉੱਥੇ ਅਸੀਂ ਇਹ ਵੀ ਵਚਨ ਕੀਤਾ ਸੀ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ ਨੇ 26 ਜਨਵਰੀ ਅਤੇ ਬਾਅਦ ਵਿੱਚ ਗ੍ਰਿਫਤਾਰ ਕੀਤੇ ਗਏ 177 ਦੇ ਕਰੀਬ ਕਿਸਾਨ ਮਜ਼ਦੂਰ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਅਤੇ ਪੰਜਾਬ 'ਚ ਆਪਣੀਆਂ ਖੁਫੀਆ ਏਜੰਸੀਆਂ ਰਾਹ IB NIA ਅਤੇ ਦਿੱਲੀ ਪੁਲਿਸ ਦੀ ਦਹਿਸ਼ਤ ਪਾ ਕੇ ਸਿੱਖ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਤੋਂ 10 ਦਿਨਾਂ ਦੇ ਬਾਅਦ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫਤਾਰੀਆਂ ਦੇ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਪਣਾ ਜਥਾ ਭੇਜੇਗਾ ਉਸ ਵਚਨ ਨੂੰ ਪੂਰਾ ਕਰਨ ਦੇ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਮਹਾਨ ਅਸਥਾਨ ਵਿਖੇ ਇਕੱਤਰ ਹੁੰਦੇ ਹੋਏ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਦੇ ਵਿੱਚ 5 ਮੈਂਬਰੀ ਜਥੇ ਨੂੰ ਅਰਦਾਸ ਕਰਨ ਦੇ ਉਪਰੰਤ ਵਿਦਾਇਗੀ ਦੇ ਰਹੇ ਹਾਂ ਇਸੇ ਤਰ੍ਹਾਂ ਇਹ ਗ੍ਰਿਫਤਾਰੀਆਂ ਦੇਣ ਦਾ ਸਿਲਸਿਲਾ ਹਰ ਹਫ਼ਤੇ ਬਾਅਦ ਜਥਾ ਜਾਇਆ ਕਰੇਗਾ ਇਹ ਵਿਚਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬੀਆਂ ਅਤੇ ਕੰਮ ਨਾਲ ਕੀਤੇ ਗਏ ਵਾਅਦੇ ਅਨੁਸਾਰ 6ਵੀਂ ਪਾਤਸ਼ਾਹੀ ਦੇ ਮੀਰੀ ਪੀਰੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਦੇ ਹੋਏ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੀ ਵੱਡੀ ਕੌਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਸਾਡੀ ਪਾਰਟੀ ਦੀ ਨੌਜਵਾਨੀ ਅਤੇ ਲੀਡਰਸ਼ਿਪ ਵੱਲੋਂ ਉੱਥੇ ਚਲਾਏ ਗਏ ਨਿਸ਼ਾਨ ਸਾਹਿਬ ਨੂੰ ਸਹੀ ਕੌਮੀ ਅਮਲ ਕਰਾਰ ਦਿੰਦੇ ਹੋਏ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਵਿੱਚ ਇਸ ਮਹਾਨ ਅਸਥਾਨ ਤੋਂ ਦਿੱਲੀ ਗ੍ਰਿਫਤਾਰੀਆਂ ਦੇ ਦੇਣ ਲਈ ਸਰਦਾਰ ਜਸਕਰਨ ਸਿੰਘ ਤੋਂ ਇਲਾਵਾ 5 ਮੈਂਬਰੀ ਜਥਾ ਜਿਨ੍ਹਾਂ ਵਿੱਚ ਸਰਦਾਰ ਲਖਵੀਰ ਸਿੰਘ ਸੌਟੀ ਸਰਦਾਰ ਬਲਜਿੰਦਰ ਸਿੰਘ ਲਸੋਈ ਅਤੇ ਸਰਦਾਰ ਤਰਨਦੀਪ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਲਾਡ ਵਣਜਾਰਾ ਜਥਾ ਤੋੜਦੇ ਹੋਏ ਪ੍ਰਗਟ ਕੀਤੇ ਇਸ ਮੌਕੇ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਸਰਦਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਕੁਲਦੀਪ ਸਿੰਘ ਭਾਗੋਵਾਲ ਹਰਪਾਲ ਸਿੰਘ ਬਲੇਰ ਹਰਵੀਰ ਸਿੰਘ ਸੰਧੂ ਅਮਰੀਕ ਸਿੰਘ ਨੰਗਲ ਗੁਰਵਾਚਨ ਸਿੰਘ ਪਵਾਰ ਗੁਰਵਾਚਨ ਸਿੰਘ ਭੁੱਲਰ ਕੁਲਵੰਤ ਸਿੰਘ ਕੋਟਲਾ ਬੀਬੀ ਗੁਰਦੀਪ ਕੌਰ ਚੱਠਾ ਕਰਮ ਸਿੰਘ ਭੋਈਆਂ ਲਖਵੀਰ ਸਿੰਘ ਸੌਟੀ ਬਲਵੀਰ ਸਿੰਘ ਬਛੋਣਾ ਕੁਲਵੰਤ ਸਿੰਘ ਮਜਾਇਲ ਗੁਰਤੇਜ ਸਿੰਘ ਅਸ਼ਪਾਲ ਪ੍ਰਗਟ ਸਿੰਘ ਮੱਖੂ ਮਨਜੀਤ ਸਿੰਘ ਮੱਲਾ ਡਾਕਟਰ ਪ੍ਰਭਜੀਤ ਸਿੰਘ ਬੀਬੀ ਸੁਰਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ਬਿਊਰੋ ਰਿਪੋਰਟ ਆਵਾਜ਼ੇ ਕੌਮ TV ਬਾਰਾਂ ਫਰਵਰੀ 2021 ਨੂੰ ਜਦੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀ ਸੇਕਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ 76ਵੇਂ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਨਾਇਆ ਗਿਆ ਸੀ ਤਾਂ ਸੰਤ ਜੀ ਦੇ ਮਨੁੱਖਤਾ ਤੇ ਕੌਮ ਦੇ ਪ੍ਰਤੀ ਕੀਤੇ ਗਏ ਮਹਾਨ ਉਦਮਾਂ ਨੂੰ ਯਾਦ ਕਰਦੇ ਹੋਏ ਕੌਮੀ ਨਿਸ਼ਾਨੇ ਉੱਤੇ ਦਿਲ ਰਹਿਣ ਲਈ ਅਸੀਂ ਹਾਜ਼ਰੀਨ ਹਜ਼ਾਰਾਂ ਦੇ ਇਕੱਠ ਤੋਂ ਇਹ ਪ੍ਰਵਾਨਗੀ ਲਈ ਸੀ ਕਿ ਕੌਮੀ ਆਜ਼ਾਦੀ ਦੀ ਪ੍ਰਾਪਤੀ ਤੱਕ ਸੰਘਰਸ਼ ਨੂੰ ਜਿੱਥੇ ਜਾਰੀ ਰੱਖਾਂਗੇ ਉੱਥੇ ਅਸੀਂ ਇਹ ਵੀ ਵਚਨ ਕੀਤਾ ਸੀ ਕਿ ਜੇਕਰ ਸੈਂਟਰ ਦੀ ਮੋਦੀ ਹਕੂਮਤ ਨੇ 26 ਜਨਵਰੀ ਅਤੇ ਬਾਅਦ ਵਿੱਚ ਗ੍ਰਿਫਤਾਰ ਕੀਤੇ ਗਏ 177 ਦੇ ਕਰੀਬ ਕਿਸਾਨ ਮਜ਼ਦੂਰ ਨੌਜਵਾਨਾਂ ਨੂੰ ਰਿਹਾਅ ਨਾ ਕੀਤਾ ਅਤੇ ਪੰਜਾਬ 'ਚ ਆਪਣੀਆਂ ਖੁਫੀਆ ਏਜੰਸੀਆਂ ਰਾਹ IB NIA ਅਤੇ ਦਿੱਲੀ ਪੁਲਿਸ ਦੀ ਦਹਿਸ਼ਤ ਪਾ ਕੇ ਸਿੱਖ ਨੌਜਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਬੰਦ ਨਾ ਕੀਤਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਤੋਂ 10 ਦਿਨਾਂ ਦੇ ਬਾਅਦ ਦਿੱਲੀ ਪਾਰਲੀਮੈਂਟ ਵਿਖੇ ਗ੍ਰਿਫਤਾਰੀਆਂ ਦੇ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਆਪਣਾ ਜਥਾ ਭੇਜੇਗਾ ਉਸ ਵਚਨ ਨੂੰ ਪੂਰਾ ਕਰਨ ਦੇ ਹਿੱਤ ਸ੍ਰੀ ਅਕਾਲ ਤਖਤ ਸਾਹਿਬ ਤੇ ਉਸ ਮਹਾਨ ਅਸਥਾਨ ਵਿਖੇ ਇਕੱਤਰ ਹੁੰਦੇ ਹੋਏ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਗਵਾਈ ਦੇ ਵਿੱਚ 5 ਮੈਂਬਰੀ ਜਥੇ ਨੂੰ ਅਰਦਾਸ ਕਰਨ ਦੇ ਉਪਰੰਤ ਵਿਦਾਇਗੀ ਦੇ ਰਹੇ ਹਾਂ ਇਸੇ ਤਰ੍ਹਾਂ ਇਹ ਗ੍ਰਿਫਤਾਰੀਆਂ ਦੇਣ ਦਾ ਸਿਲਸਿਲਾ ਹਰ ਹਫ਼ਤੇ ਬਾਅਦ ਜਥਾ ਜਾਇਆ ਕਰੇਗਾ ਇਹ ਵਿਚਾਰ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੰਜਾਬੀਆਂ ਅਤੇ ਕੰਮ ਨਾਲ ਕੀਤੇ ਗਏ ਵਾਅਦੇ ਅਨੁਸਾਰ 6ਵੀਂ ਪਾਤਸ਼ਾਹੀ ਦੇ ਮੀਰੀ ਪੀਰੀ ਦੇ ਮਹਾਨ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਦੇ ਹੋਏ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦੀ ਵੱਡੀ ਕੌਮੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਅਤੇ 26 ਜਨਵਰੀ ਨੂੰ ਲਾਲ ਕਿਲੇ ਉੱਤੇ ਸਾਡੀ ਪਾਰਟੀ ਦੀ ਨੌਜਵਾਨੀ ਅਤੇ ਲੀਡਰਸ਼ਿਪ ਵੱਲੋਂ ਉੱਥੇ ਚਲਾਏ ਗਏ ਨਿਸ਼ਾਨ ਸਾਹਿਬ ਨੂੰ ਸਹੀ ਕੌਮੀ ਅਮਲ ਕਰਾਰ ਦਿੰਦੇ ਹੋਏ ਸਰਦਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਅਗਵਾਈ ਵਿੱਚ ਇਸ ਮਹਾਨ ਅਸਥਾਨ ਤੋਂ ਦਿੱਲੀ ਗ੍ਰਿਫਤਾਰੀਆਂ ਦੇ ਦੇਣ ਲਈ ਸਰਦਾਰ ਜਸਕਰਨ ਸਿੰਘ ਤੋਂ ਇਲਾਵਾ 5 ਮੈਂਬਰੀ ਜਥਾ ਜਿਨ੍ਹਾਂ ਵਿੱਚ ਸਰਦਾਰ ਲਖਵੀਰ ਸਿੰਘ ਸੌਟੀ ਸਰਦਾਰ ਬਲਜਿੰਦਰ ਸਿੰਘ ਲਸੋਈ ਅਤੇ ਸਰਦਾਰ ਤਰਨਦੀਪ ਸਿੰਘ ਸਰਦਾਰ ਗੁਰਪ੍ਰੀਤ ਸਿੰਘ ਲਾਡ ਵਣਜਾਰਾ ਜਥਾ ਤੋੜਦੇ ਹੋਏ ਪ੍ਰਗਟ ਕੀਤੇ ਇਸ ਮੌਕੇ ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਸਰਦਾਰ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਕਾਨ ਸਿੰਘ ਵਾਲਾ ਕੁਲਦੀਪ ਸਿੰਘ ਭਾਗੋਵਾਲ ਹਰਪਾਲ ਸਿੰਘ ਬਲੇਰ ਹਰਵੀਰ ਸਿੰਘ ਸੰਧੂ ਅਮਰੀਕ ਸਿੰਘ ਨੰਗਲ ਗੁਰਵਾਚਨ ਸਿੰਘ ਪਵਾਰ ਗੁਰਵਾਚਨ ਸਿੰਘ ਭੁੱਲਰ ਕੁਲਵੰਤ ਸਿੰਘ ਕੋਟਲਾ ਬੀਬੀ ਗੁਰਦੀਪ ਕੌਰ ਚੱਠਾ ਕਰਮ ਸਿੰਘ ਭੋਈਆਂ ਲਖਵੀਰ ਸਿੰਘ ਸੌਟੀ ਬਲਵੀਰ ਸਿੰਘ ਬਛੋਣਾ ਕੁਲਵੰਤ ਸਿੰਘ ਮਜਾਇਲ ਗੁਰਤੇਜ ਸਿੰਘ ਅਸ਼ਪਾਲ ਪ੍ਰਗਟ ਸਿੰਘ ਮੱਖੂ ਮਨਜੀਤ ਸਿੰਘ ਮੱਲਾ ਡਾਕਟਰ ਪ੍ਰਭਜੀਤ ਸਿੰਘ ਬੀਬੀ ਸੁਰਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ ਬਿਊਰੋ ਰਿਪੋਰਟ ਆਵਾਜ਼ੇ ਕੌਮ TV